ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਅਤੇ ਸਵੇਰ ਦੇ ਵੱਜ ਕੇ 9:15, 9:15 ਹੋ ਗਏ। ਅੱਜ ਹੈ ਬੁੱਧਵਾਰ ਅਤੇ ਅੱਜ ਮੈਂ ਏਅੰਸ਼ੀ ਦੀ ਤੁਹਾਨੂੰ ਪੂਰੀ ਡੇਲੀ ਆਪਣੀ ਰੂਟੀਨ ਦਿਖਾਉਣ ਲੱਗਿਆ, ਆਪਣਾ ਮੋਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਦੀ। ਅਤੇ ਹੁਣ ਏਅੰਸ਼ੀ ਫਿਲਹਾਲ ਸੋ ਰਹੀ ਹੈ, ਚਲੋ ਆਪਾਂ ਉਹਨੂੰ ਉਠਾਉਂਦੇ ਹਾਂ ਅਤੇ ਦੇਖਦੇ ਹਾਂ ਆਪਾਂ ਹੁਣ ਦੀ ਉਹਦੀ ਰੂਟੀਨ ਕਿਆ ਚੱਲਦੀ ਹੈ ਜੀ। ਚਲੋ ਜੀ, ਉੱਠੇ ਯਾਰ, ਦੇਖ ਲੈ 9:30 ਹੋ ਗਏ, ਚਲੋ ਉੱਠੋ। ਆਸ਼ੋ, ਲੱਗਦਾ ਇਹਦੀ ਰਜਾਈ ਉਠਾਉਣੀ ਪੈਣੀ ਹੈ। ਉੱਠ ਜਾ ਯਾਰ, ਕਿਆ ਗੱਲ ਹੋ ਗਈ? ਦੇਖ ਟਾਈਮ, ਦੇਖ ਟਾਈਮ, ਦੇਖੀ ਰਜਾਈ ਉੱਠਣ ਨਹੀਂ ਦਿੰਦੀ? ਫਿਰ ਜੇ ਸਕੂਲ ਨਹੀਂ ਜਾਣਾ, ਅੱਛਾ ਸਕੂਲ ਦੀ ਛੁੱਟੀ ਚੱਲ ਰਹੀ, ਫਿਰ ਸਕੂਲ ਦੀ ਛੁੱਟੀ ਤਾਂ ਇਹ ਕਿ ਆਰਾਮ ਕਰ ਲਈ, ਹੈ ਨਾ, ਤਾਂ ਤੂੰ ਆਰਾਮ ਕਰ ਰਹੀ ਹੈ। ਅੱਛਾ, ਔਨਲਾਈਨ ਕਲਾਸ ਤਾਂ ਲੱਗਦੀ ਹੈ, ਉਹ ਤੋਂ ਬਾਅਦ ਫਿਰ ਮੰਮਾ ਵੀ ਕਲਾਸ ਲੈਂਦੀ ਹੈ ਟਿਊਸ਼ਨ ਵਾਲੀ, ਹੈ ਨਾ। ਚੱਲ ਵੀ, ਚੱਲ ਉੱਠ ਉੱਠ, ਚੱਲ ਫਰੈਸ਼ ਹੋ ਕੇ ਆ। ਓ, ਮੈਂ ਭੁੱਲ ਗਿਆ, ਆਸ਼ੂ ਤਾਂ ਸਵੇਰੇ ਉੱਠਣ ਤੋਂ ਪਹਿਲਾਂ ਥੋੜ੍ਹਾ ਕੌਸਾ ਪਾਣੀ ਪੀਂਦੀ ਹੈ, ਫਿਰ ਥੋੜ੍ਹੀ ਜਿਹੀ ਇੱਧਰ ਉੱਧਰ ਟਹਿਲਦੀ ਹੈ, ਫਿਰ ਫਰੈਸ਼ ਹੋ ਕੇ ਆਉਂਦੀ ਹੈ, ਹੈ ਨਾ ਆਸ਼ੂ। ਚਲੋ ਮੈਂ ਆਸ਼ੂ ਨੂੰ ਥੋੜ੍ਹਾ ਜਿਹਾ ਕੌਸਾ ਪਾਣੀ ਦਿੰਦਾ, ਇੱਥੇ ਪਿਆ, ਚਲੋ ਮੈਂ ਦਿੰਦਾ ਆਸ਼ੂ ਨੂੰ ਆਪਣੀ ਥੋੜ੍ਹਾ ਜਿਹਾ ਕੌਸਾ ਪਾਣੀ ਦੇਤਾ, ਅਤੇ ਹੁਣ ਪੀ ਕੇ ਗਲਾਸ ਵੀ ਆਪਣੇ ਆਪ ਹੀ ਰੱਖਣਾ ਪਊਗਾ ਤੈਨੂੰ। ਚੱਲ 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 ਚੱਲ, ਗਲਾਸ ਰੱਖ ਆਪਣੇ ਆਪ, ਫਿਰ ਨਾ ਰਜਾਈ 'ਚ ਪੈ ਜੀ। ਚੱਲ 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 ਚੱਲ, ਉੱਥੇ ਰੱਖ ਦੇ ਗਲਾਸ। ਚਲੋ ਚਲੋ ਹੁਣ ਥੋੜ੍ਹਾ, ਓਏ ਓਏ, ਰਜਾਈ 'ਚ ਨਹੀਂ ਪੈਣਾ ਆਸ਼ੂ, ਨਾ ਪੁੱਤ, ਦੋ ਮਿੰਟ ਇੱਥੇ ਸੈਰ ਕਰੋ, ਦੋ ਮਿੰਟ ਇੱਥੇ ਸੈਰ ਕਰੋ, ਅਤੇ ਪਾਪਾ ਉੱਥੇ ਬਾਥਰੂਮ 'ਚ ਜਾ ਕੇ ਅਤੇ ਸੀਟ ਵਗੈਰਾ ਦੇਖ ਕੇ ਅਤੇ ਫਿਰ ਤੈਨੂੰ ਫਰੈਸ਼ ਕਰਵਾਉਂਦੇ ਹਾਂ, ਠੀਕ ਹੈ? ਚਲੋ ਵਾਸ਼ਰੂਮ 'ਚ ਜਾਇਓ ਫਿਰ, ਹੈਂ, ਮੈਂ ਦੇਖ ਕੇ ਆਇਆ ਬਾਥਰੂਮ। ਚਲ ਆਸ਼ੂ, ਹੋ ਗਈ ਸੈਰ? ਚੱਲ ਚੱਲ ਚੱਲ, ਚੱਪਲ ਪਾ ਆਪਣੀ। ਹਾਂ ਹਾਂ, ਚਲੋ ਜੀ, ਏਅੰਸ਼ੀ ਜਾ ਰਹੀ ਆਪਣਾ ਫਰੈਸ਼ ਹੋਣ ਵਾਸਤੇ, ਉਹ ਤੋਂ ਬਾਅਦ ਆਪਾਂ ਦੇਖਦੇ ਹਾਂ ਆਸ਼ੂ ਕੀ ਕਰਦੀ ਹੈ। ਚਲੋ ਬਾਏ। ਲਓ ਜੀ, ਏਅੰਸ਼ੀ ਬ੍ਰਸ਼ ਕਰਨ ਲੱਗ ਗਈ ਹੈ। ਕਰ ਲਿਆ ਬ੍ਰਸ਼? ਅੱਛਾ ਆਸ਼ੂ, ਤੁਸੀਂ ਆਪਣਾ ਹੈਂਡ ਵਾਸ਼ ਲਈ ਕੌਣ ਲੈ ਕੇ ਆਇਆ ਸੀ? ਹੈ ਕਿੱਟੀ ਵਾਲਾ, ਕਿੰਨਾ ਵਧੀਆ ਰੱਖਿਆ ਹੋਇਆ ਨਾ। ਅਤੇ ਆਸ਼ੂ ਨੇ ਕਦੀ ਠੰਡਾ ਪਾਣੀ ਆ ਰਿਹਾ ਟੂਟੀ 'ਚ, ਅਤੇ ਇਸ ਕਰਕੇ ਇਹਨੇ ਥੋੜ੍ਹਾ ਜਿਹਾ ਕੋਸਾ ਪਾਣੀ ਰੱਖਿਆ ਹੋਇਆ ਇਹ 'ਚ। ਚਲੋ ਇਹਨੂੰ ਮੂੰਹ ਹੱਥ ਧੋ ਕੇ ਫਰੈਸ਼ ਜਿਹਾ ਕਰਕੇ, ਫਿਰ ਕਹਿੰਦੀ ਪਹਿਲਾਂ ਮੈਂ ਨੀਚੇ ਜਾਣਾ ਚਾਹ ਪਾਣੀ ਪੀਣਾ। ਚਲੋ ਫਿਰ ਆਪਾਂ ਨੀਚੇ ਚੱਲਦੇ ਹਾਂ ਨਾ ਆਸ਼ੂ। ਚਲੋ ਜੀ, ਚਲ ਚੱਲ ਆਸ਼ੂ, ਸਬਜ਼ੀ ਲੈਣ ਚੱਲੀਏ। ਚੱਲ 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 ਚੱਲ। ਕੀ ਬਣਾਇਆ ਸੀ? ਅੱਛਾ, ਓਹ ਕਿਆਰੀ, ਚੱਲ ਦਿਖਾ। ਦੇਖੋ ਜੀ, ਕੱਲ੍ਹ ਅਸੀਂ ਨੇ ਕਿਆਰੀ ਬਣਵਾਈ ਹੈ, ਇੱਥੇ ਆਸ਼ੂ ਆ ਬੈਠਿਆ ਕਰੂਗੀ। ਚਲੋ ਜਦੋਂ ਤੱਕ ਆਸ਼ੂ ਦੀ ਵੈਨ ਨਹੀਂ ਆਉਂਦੀ ਸਕੂਲ ਦੀ, ਫਿਰ ਇੱਥੇ ਬੈਠ ਕੇ ਆਪਾਂ ਥੋੜ੍ਹੀ ਵੇਟ ਕਰ ਸਕਦੇ ਹਾਂ, ਤਾਂ ਆਪਾਂ ਥੋੜ੍ਹੀ ਥੋੜ੍ਹੀ ਜਿਹੀ ਬਣਵਾ ਲਈ ਸੀ। ਇੱਥੇ ਨਹੀਂ ਬੈਠਣਾ, ਇੱਥੇ ਕਿੱਥੋਂ ਦੀ ਹਲੇ ਕੱਲ੍ਹ ਹੋਈ ਹੈ, ਫਿਰ ਆਪਾਂ ਇੱਥੇ ਪੌਦੇ ਵਗੈਰਾ ਲਗਾਵਾਂਗੇ। ਚਾਚੀ, ਕਿ ਐਂਗਲ ਇੱਕ ਘੱਟ ਗਈ ਇੱਥੇ ਕਿਨਾਰੇ 'ਤੇ, ਮੈਨੇ ਐਂਗਲ ਵਗੈਰਾ ਲਗਵਾਤੀ ਸੀ ਰਾਤ ਨੂੰ ਨਾਲ ਦੀ ਨਾਲ, ਕਿ ਕਈ ਵਾਰ ਸਕੂਟਰ ਵਗੈਰਾ ਜਾਂ ਕਿਸੇ ਦੀ ਵੀ ਨੁੱਕਰ ਵੱਜ ਸਕਦੀ ਹੈ, ਹੈ ਨਾ। ਚੱਲ ਆਸ਼ੂ, ਗੱਡੀ ਸਟਾਰਟ ਹੈ, ਚਲੋ ਚੱਲੀਏ ਸਬਜ਼ੀ ਲੈਣ ਚੱਲੀਏ। ਉਹ ਦਾਦੀ ਨੂੰ ਤਾਂ ਆਵਾਜ਼ ਮਾਰ ਦੇ,
ਚਲੋ ਜੀ, ਟਾਈਮ ਹੋ ਗਿਆ 10:30 ਅਤੇ ਆਸ਼ੂ ਨਾਸ਼ਤਾ ਕਰਨ ਲੱਗੀ ਹੈ ਜੀ। ਆਸ਼ੂ ਕਿਹੜਾ ਕਿਹੜਾ ਨਾਸ਼ਤਾ ਕਰਨ ਲੱਗੀ ਹੈ? ਪਰੌਂਠਾ ਦੇਸੀ ਘਿਓ ਲਾ ਕੇ ਹੈ। ਚਲੋ ਖਾਓ ਖਾ ਲਓ ਖਾ ਲਓ। ਹੁਣ ਦੇਖ ਸਾਰੇ ਤੇਰੇ ਫਰੈਂਡਸ ਦੇਖਣਗੇ ਕਿੰਨੇ ਵਜੇ ਤੂੰ ਖਤਮ ਕਰਦੀ ਹੈ। 10:30 ਵਜੇ ਸ਼ੁਰੂ ਕੀਤਾ, ਹੁਣ ਦੇਖਦੇ ਕਿੰਨੇ ਵਜੇ ਖਤਮ ਕਰਦੀ ਹੈ ਨਾ। ਆਸ਼ੂ ਜਲਦੀ ਖਤਮ ਕਰੂਗਾ ਨਾ। ਚਲੋ ਠੀਕ ਹੈ। ਲਓ ਜੀ, ਨੋਨਾ ਵੀ ਰੈਡੀ ਹੋ ਗਿਆ ਅਤੇ ਹੁਣ ਨੋਨੇ ਦੇ ਨਾਸ਼ਤੇ ਦੀ ਵੀ ਤਿਆਰੀ ਹੋ ਰਹੀ ਹੈ ਹੈ ਨਾ। ਚਲੋ, ਉਹਦੀ ਮੰਮਾ ਨੇ ਨਾਸ਼ਤੇ ਲਈ ਕੀ ਕੀਤਾ ਤਿਆਰ ਅੱਜ? ਸੈਰਲੈਕ ਤਿਆਰ ਕੀਤਾ। ਸੈਰਲੈਕ ਘਰ ਬਣਾਇਆ ਹੋਇਆ? ਅੱਛਾ, ਕੀ ਪਾਇਆ ਸੈਰਲੈਕ ਜਿਹੜਾ ਘਰ ਬਣਾਇਆ ਤੁਸੀਂ ਨੇ? ਦਾਲ ਚਾਵਲ ਡਰਾਈ ਫਰੂਟਸ ਵਗੈਰਾ ਸਾਰਾ ਕੁਛ ਮੈਸ਼ ਕਰਕੇ ਹੈ ਨਾ, ਅਤੇ ਵਿੱਚ ਥੋੜ੍ਹਾ ਦੁੱਧ ਪਾ ਕੇ ਬਾਚੋ ਹੈ ਨਾ, ਗਰਮ ਗਰਮ ਦੁੱਧ ਪਾ ਕੇ। ਮਿੱਠਾ ਪਾਉਂਦੇ ਹੋ? ਥੋੜ੍ਹਾ ਜਿਹਾ ਸ਼ੱਕਰ। ਥੋੜ੍ਹੀ ਸ਼ੱਕਰ ਪਾ ਕੇ? ਅੱਛਾ, ਪਹਿਲਾਂ ਵੀ ਖਿਲਾਇਆ? ਹਾਂਜੀ, ਖਿਲਾਉਂਦੀ ਨਹੀਂ ਹੈ, ਇੱਕ ਵਾਰ ਖਿਲਾਇਆ ਸੀਗਾ ਅਤੇ ਫਿਰ ਉਹ ਹਜ਼ਮ ਹੋ ਗਿਆ। ਠੀਕ ਹੈ, ਹਾਂਜੀ। ਓਏ ਨਨੀ, ਚੈਰੇ ਲੈ ਕੇ ਖਾ ਲਿਆ ਜੀ? ਸੱਚੀ ਓਏ ਜੂਨੀ। ਚਲੋ ਠੀਕ ਹੈ, ਹੁਣ ਆਪਾਂ ਉਹਦੇ ਆਸ਼ੂ ਦੀ ਦੇਖੀਏ ਕਿੰਨੀ ਕੁ ਰੋਟੀ ਰਹਿ ਗਈ। ਆਸ਼ੂ ਦੀ ਕਿੰਨੀ ਰੋਟੀ ਰਹਿ ਗਈ? ਆਸ਼ੂ ਦੀ ਹਲੇ ਹਾਫ ਪਈ। ਆਸ਼ੂ ਦੇਖੇ ਕੀ ਕਰਦੀ ਹੈ? ਆਸ਼ੂ ਕਿੰਨੀ ਰਹਿ ਗਈ ਤੇਰੀ ਰੋਟੀ? ਹਲੇ ਹਾਫ ਪਈ ਹੈ। ਚਲੋ, ਹਾਫ ਰੋਟੀ ਪਈ ਹੈ ਅਤੇ ਟਾਈਮ ਹੋ ਗਿਆ 11:15 ਅਤੇ ਤਕਰੀਬਨ ਅੱਧੇ ਘੰਟੇ ਤੋਂ ਵੀ ਉੱਪਰ ਹੋ ਗਿਆ, ਇਹਦੇ ਹਲੇ ਹਾਫ ਰੋਟੀ ਖਤਮ ਹੋਈ ਹੈ। ਚਲੋ, ਇਹਦੀ ਪੂਰੀ ਰੋਟੀ ਖਤਮ ਹੋਣ 'ਤੇ ਆਪਾਂ ਤੁਹਾਨੂੰ ਟਾਈਮ ਦੱਸਦੇ ਕਿੰਨਾ। ਠੀਕ ਹੈ ਆਸ਼ੂ? ਚਲੋ, ਮੇਰੇ ਹਿਸਾਬ ਨਾਲ 1 ਘੰਟੇ ਤੋਂ ਉੱਪਰ ਤਾਂ ਇੱਕ ਰੋਟੀ ਨੂੰ ਲਗਾਉਂਦੇ ਹੋ ਹੈ ਨਾ। ਚਲੋ ਠੀਕ ਹੈ ਜੀ, 12:15 ਹੋ ਗਏ ਅਤੇ ਏਐਨਸ਼ੀ ਨੇ ਹੁਣ ਨਾਸ਼ਤਾ ਖਰਬ ਕੀਤਾ ਅਤੇ ਹੁਣ ਏਐਨਸ਼ੀ ਲਗਾਉਣ ਲੱਗੀ ਹੈ ਔਨਲਾਈਨ ਕਲਾਸ। ਔਨਲਾਈਨ ਕਲਾਸ ਲਗਾ ਰਹੀ ਹੈ ਇੱਧਰ ਬੈਠੀ। ਦੁਪਹਿਰੇ ਆਸ਼ੂ ਖਾਣ ਲੱਗੀ ਹੈ ਇਡਲੀ, ਇਹਨੇ ਸਪੈਸ਼ਲ ਜਿੱਦ ਕਰਕੇ ਬਣਵਾਈ ਹੈ ਕਿ ਮੈਂ ਕੁਛ ਨਹੀਂ ਖਾਣਾ। ਅਤੇ ਉਹ ਸਾਡਾ ਨੋਨੂ ਵੀ ਬੈਠਾ ਹੈ। ਆਸ਼ੂ ਥੋੜ੍ਹੀ ਜਿਹੀ ਇਹਦੇ ਮੂੰਹ 'ਚ ਪਾ ਦੇ, ਥੋੜ੍ਹੀ ਜਿਹੀ ਪਾ ਕੇ ਦੇਖੀ ਖਾਂਦੀ। ਨਾਨਾ ਖਾ ਗਿਆ ਜੀ, ਸਵਾਦ ਲੱਗੀ ਨੋਨੀ ਨੂੰ। ਓਏ ਆਸ਼ੂ, ਹੁਣ ਤੂੰ ਇਹ ਜਲਦੀ ਖਾ ਲਈ, ਹੁਣ ਐਂ ਨਾ ਹੋ ਜਿਵੇਂ ਤੂੰ ਨਾਸ਼ਤਾ ਇੰਨੀ ਲੇਟ ਕੀਤਾ, ਘੰਟੇ 'ਚ ਕੀਤਾ, ਇਹਨੂੰ ਫਟਾਫਟ ਖਾ ਲਈ। ਠੀਕ ਹੈ, ਓਏ ਥੋੜ੍ਹੇ ਹੋਰ ਪਾ ਦੀ ਨੋਨੇ ਦੇ ਹੈ ਨਾ, ਥੋੜ੍ਹੀ ਥੋੜ੍ਹੀ ਦੇਰ ਬਾਅਦ ਖਿਲਾ ਦੀ। ਠੀਕ ਹੈ ਆਸ਼ੂ। ਓਏ ਨੋਨੀ, ਨੋਨੀ ਕਿਆ ਖਾ ਰਹੇ ਹੈ? ਦੁਪਹਿਰੇ ਕਿਆ ਖਾ ਰਹੇ? ਫਰੂਟ ਟਾਈਮ ਚੱਲ ਰਿਹਾ ਨੋਨੇ ਦਾ? ਅੱਛਾ, ਇਹ ਕਿਸ ਤਰ੍ਹਾਂ ਦਾ? ਇਹ ਐਪਲ ਕਿਹੜੇ ਪਾਸੇ? ਇਹ ਨਾ ਬੱਚਿਆਂ ਦਾ ਹੁੰਦਾ ਮੈਸ਼ਰ, ਫਰੂਟ ਮੈਸ਼ਰ, ਤੇ ਇਸ ਤੇ ਬੱਚੇ ਨੂੰ ਮੈਸ਼ ਕਰ ਦੋ ਸਾਰੇ, ਕੱਦੂਕਸ ਕਹਿ ਦੋ, ਜੋ ਮਰਜ਼ੀ ਕਹਿ ਲੋ, ਫਰੂਟ ਜਿਹੜਾ ਮਰਜ਼ੀ ਚ ਆਪਾਂ ਮੈਸ਼ ਕਰਕੇ ਪੂਰਾ ਹੋ ਜਾਊਗਾ ਕਿ ਬੱਚੇ ਨੂੰ ਡਾਈਜੈਸਟ ਹੋ ਜਾਵੇ ਹੈ ਨਾ। ਉੱਪਰ ਟ੍ਰੇ ਹੁੰਦੀ ਹੈ, ਬਸ ਅਸੀਂ ਨਾਰਮਲ ਕੱਦੂਕਸ ਚ ਕਰਦੇ, ਇਸ ਤਰ੍ਹਾਂ ਦਾ ਨਹੀਂ ਆਂਦਾ, ਜਾਂ ਮਿਕਸੀ ਚ ਗ੍ਰਾਈਂਡ ਕਰੋ, ਉਹ ਫਿਰ ਡਿਪੈਂਡ ਹੈ ਲਾਈਟ ਹੈ ਨਹੀਂ ਹੈ। ਇਹ ਜੇ ਤੁਸੀਂ ਕਿਤੇ ਬਾਹਰ ਵੀ ਜਾ ਰਹੇ ਹੋ, ਟਰੈਵਲਿੰਗ ਕਰ ਰਹੇ ਹੋ, ਤਾਂ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਅੱਛਾ, ਮੈਂ ਐਮਾਜ਼ੋਨ ਤੋਂ ਮੰਗਵਾਇਆ ਸੀ ਨਾ ਆਯਾਂਸ਼ੀ ਲਈ। ਅੱਛਾ ਚਲੋ, ਨੋਨੇ ਦੀ ਦੀਦੀ ਕੀ ਕਰ ਰਹੀ ਹੈ? ਲੈ ਉਹਦੀ ਦੇਖ ਲਓ, ਜੰਪਿੰਗ।
ਜੰਪਾ ਕਰ ਰਹੀ ਹੈ। ਤੂੰ ਇਡਲੀ ਆਪਣੀ ਹਜਮ ਕਰ ਲਈ ਹੈ? ਲੈ ਫੇਰ ਚੜ ਗਈ। ਓਏ ਕੋਪੀ ਤੇ ਨਾ ਪੈਰ ਰੱਖ। ਅੱਛਾ ਉਹਨੂੰ ਉੱਥੇ ਬੰਦ ਕਰਕੇ ਰੱਖ ਗਿਆ। ਅੱਛਾ ਉੱਥੇ ਰੱਖ ਗਿਆ। ਚਲ ਓਏ ਨਾਨੀ ਚਲ ਚੱਲੀ ਆਪਾਂ। ਆ ਦੀਦੀ ਦੇਖ ਰਹੀ ਹੈ ਕਿੰਨੀ ਦੰਗਾਦਾਰ ਰਹੀ ਹੈ। ਚੱਲ ਗਿਰੀ ਹੈ ਸਵਾਦ। ਰਾਤ ਦੇ ਆਪਣੇ 8:30 ਵੱਜ ਗਏ ਅਤੇ ਆਸ਼ੂ ਨੇ ਹਾਫ ਪਰੌਂਠੀ ਖਤਮ ਵੀ ਕਰਤੀ। ਆਸ਼ੂ ਰਾਤ ਨੂੰ ਕੀ ਖਾ ਰਹੀ ਹੈ ਤੂੰ? ਪਰੌਂਠੀ ਦੇ ਨਾਲ ਦਹੀਂ? ਚਲ ਆਸ਼ੂ ਐਂ ਕਰ, ਥੋੜ੍ਹੀ ਰਹਿ ਗਈ ਤੂੰ ਪੌਣੀ ਬਣਾ ਕੇ ਖਾ ਲੈ, ਹੈ ਨਾ? ਪੂਰੀ ਬਣਾ ਕੇ ਖਾ ਲੈ। ਉੱਧਰ ਨੂਨਾ ਕੀ ਕਰ ਰਿਹਾ ਹੈ? ਓਏ ਨੂਨੀ, ਓਏ ਨੂਨੇ ਕੀ ਖਾ ਲਿਆ ਜੀ? ਆਸ਼ੂ ਆਸ਼ੂ ਜਲਦੀ ਖਾ ਲਾ, ਚੜ ਜੀ ਇਹ ਵੀ ਉੱਪਰ। ਹੁਣ ਲੈ ਨਿਆਣੇ ਦੇ ਖਾਣੇ ਨੇ, ਕਹਿ ਤੁਹਾਡੇ ਨਿਆਣੇ ਵੀ ਐਵੇਂ ਕਰਦੇ ਨੇ। ਨੋਨੇ ਕਿਆ ਦੇਖ ਰਹੇ ਹੈ? ਨੋਨੇ ਨੇ ਇੱਧਰ ਛੋਟਾ ਭੀਮ ਲਾਇਆ ਹੋਇਆ। ਠੀਕ ਹੈ ਨੋਨੇ? ਓਏ ਨੋਨੇ ਲੈ ਉਹ ਤੱਪੀ ਨਾ ਉਹਨੂੰ, ਲੈ ਹੁਣ ਉੱਪਰ ਨਾ ਚੜ ਜੀ। ਓਏ ਓਏ ਹੁਣ ਦੱਬੀ ਨਾ, ਹੁਣ ਆਰਾਮ ਨਾਲ ਬਹਿ ਜਾ, ਆਰਾਮ ਨਾਲ ਬਹਿ ਕੇ ਦੇਖ ਲੈ। ਠੀਕ ਹੈ ਐਂ ਆਰਾਮ ਨਾਲ ਖਾ ਲਾ। ਲੈ ਆਸ਼ੂ ਚੱਲ ਜਲਦੀ ਖਾ ਲਾ, ਫਿਰ ਆਪਾਂ ਉੱਪਰ ਜਾ ਕੇ ਵੀ ਵਲੋਗਿੰਗ ਕਰਾਂਗੇ। ਠੀਕ ਹੈ ਠੀਕ ਹੈ। ਹਾਂ ਵੀ ਨੂਨੇ ਕੀ ਖਾ ਰਿਹਾ ਅੱਜ ਰਾਤ ਨੂੰ? ਖਿਚੜੀ। ਖਿਚੜੀ ਬਣਾਈ ਨੂਨੇ ਦੀ? ਪਹਿਲੀ ਵਾਰ ਖਾ ਰਹੀ ਹੈ ਨਾ ਅੱਜ? ਹਾਂਜੀ, ਵੈਸੇ ਰਾਈਸ ਦੇ ਦਿੰਦੇ ਸੀ ਥੋੜ੍ਹੇ ਬਹੁਤ, ਖਿਚੜੀ ਪਹਿਲੀ ਵਾਰ ਦੇ। ਹੋਰ ਆ ਗਏ ਮੈਡਮ ਜੀ? ਬਹੁਤ ਤੇਰੇ ਤੇਰੇ ਫਰੈਂਡਸ ਦੇਖ ਰਹੇ ਹਨ ਤੇਰੇ ਹੱਥ 'ਚ ਰੋਟੀ ਹੈ, ਹੀ ਹੀ ਕਹਿੰਦੀ। ਨੋਨੇ ਨੇ ਫਸਟ ਆ ਜਾ ਕਰਨਾ ਤੇਰੇ ਨਾਲ, ਜਦ ਇੰਨੀ ਸੀ ਨਾ ਸਭ ਖਾਂਦੀ ਸੀ। ਨੋਨੇ ਨੇ ਤੇਰੇ ਨਾਲ ਪਹਿਲਾਂ ਖਾ ਲੈਣੀ ਖਿਚੜੀ, ਹੈ ਨਾ ਨੋਨੇ? ਨੋਨੇ ਦੇ ਇੱਕ ਚਮਚ ਰਹਿ ਗਿਆ। ਨੀ ਯਾ ਚੋਨੇ ਦੇ ਇੱਕ ਚਮਚ ਰਹਿ ਗਿਆ, ਚਲੋ ਜੀ ਬਸ ਨੋਨਾ ਵੀ ਆ ਗਿਆ ਆਪਣੇ ਰੂਮ ਚ। ਨੋਨਾ ਇਸ ਟਾਈਮ ਕੀ ਕਰ ਰਿਹਾ? ਅੱਛਾ ਜਿਹੜਾ ਇਹਦੇ ਪੈਂਡਿੰਗ ਰਹਿ ਗਿਆ ਸੀਗਾ ਪਹਿਲਾਂ ਥੋੜਾ ਜਿਹਾ ਖਿਲਾਇਆ ਸੀ ਨਾ ਆਪਾਂ ਕਿ ਇਹਨੂੰ ਡਾਇਜੈਸਟ ਹੁੰਦਾ ਕਿ ਨਹੀਂ, ਪਹਿਲਾਂ ਡਾਇਜੈਸਟ ਹੋ ਗਿਆ ਇਹਨੂੰ? ਠੀਕ ਰਿਹਾ ਖਿਚੜੀ ਇਹਨੂੰ ਪਹਿਲੀ ਦਿਨ ਖਿਲਾਈ ਸੀ ਆਪਾਂ ਨੇ ਤੇ ਆਪਾਂ ਥੋੜ੍ਹੀ ਜਿਹੀ ਪਹਿਲਾਂ ਖਿਲਾਤੀ ਸੀ ਇਹਨੂੰ ਕੋਲੀ 'ਚ। ਹਾਂ ਚੱਲ ਹੁਣ ਪਹਿਲਾਂ ਹਜਮ ਹੋ ਗਿਆ ਆਪਾਂ, ਮੇਰੇ ਤਕਰੀਬਨ ਮੇਰੇ ਕਹਿੰਦੇ ਘੰਟੇ ਡੇਢ ਘੰਟੇ ਬਾਅਦ ਖਿਲਾ ਰਹੇ ਹਾਂ ਨਾ। ਚਲੋ ਆਸ਼ੂ ਕੀ ਕਰ ਰਹੀ ਹੈ? ਆਸ਼ੂ ਨੇ ਤਾਂ ਸਵੇਰ ਤੋਂ ਸ਼ਾਮ ਤੱਕ ਦਾ ਤੁਸੀਂ ਨੇ ਦੇਖ ਹੀ ਲਿਆ ਕਿ ਕਿਆ ਕਿਆ ਕੀਤਾ ਕੀ ਨਹੀਂ, ਬਾਕੀ ਮੈਂ ਜਰਾ ਕੰਮ ਚਲੇ ਗਿਆ ਸੀਗਾ ਪਰ ਪੂਰੀ ਵਲੋਗਿੰਗ ਹੋ ਨਹੀਂ ਸਕੀ। ਚਲੋ ਕੋਈ ਨਹੀਂ ਫੇਰ ਕਰਾਂਗੇ। ਅਤੇ ਐਂਸ਼ੀ ਹੁਣ ਤੁਸੀਂ ਕੀ ਕਰ ਰਹੇ ਹੋ ਰੂਮ 'ਚ ਆ ਕੇ? ਭਈਆ ਕੁਛ ਚਲਾ ਰਹੀ ਹੋ? ਅੱਛਾ ਆਸ਼ੂ ਅਤੇ ਨੋਨਾ ਦੋਨੋਂ ਫਰੈਸ਼ ਹੋ ਗਏ ਨਹਾ ਧੋ ਕੇ ਅਤੇ ਹੁਣ ਮੌਸਮ ਕਰਕੇ ਇਹਨਾਂ ਨੂੰ ਸਵੇਰੇ ਨਹਲਾਉਂਦੇ ਨਹੀਂ ਹੈਗੇ ਕਿਉਂਕਿ ਹੁਣ ਮੌਸਮ ਇਹੋ ਜਿਹਾ ਖਰਾਬ ਹੈ, ਧੁੱਪ ਵੀ ਨਹੀਂ ਕਾਫੀ ਦਿਨ ਹੋ ਗਏ ਨਿਕਲ ਰਹੀ। ਅਤੇ ਬਸ ਹੁਣ ਐਂਸ਼ੀ ਰੂਮ 'ਚ ਆ ਕੇ ਨਹਾ ਧੋ ਕੇ ਫਰੈਸ਼ ਹੋ ਕੇ ਹੁਣ ਥੋੜ੍ਹਾ ਜਿਹਾ ਟੋਇਜ਼ ਵਗੈਰਾ ਨਾਲ ਖੇਲ ਕੇ ਫਿਰ ਆਸ਼ੂ ਸੋ ਜੂਗੀ। ਮੋਬਾਈਲ ਤਾਂ ਆਪਾਂ ਹੁਣ ਦੇਖਦੇ ਨਹੀਂ ਰੂਮ 'ਚ ਆ ਕੇ, ਪੂਰੀ ਪਾਬੰਦੀ ਹੈ ਨਾ ਆਸ਼ੂ?
ਆਪਾਂ ਜ਼ਰੂਰ ਲਗਾ ਲੈਂਦੇ ਹਾਂ, ਇਹ ਆਪਣੇ ਚੱਲਦੇ ਰਹਿੰਦੇ ਛੋਟਾ ਭੀਮ, ਹੈ ਨਾ। ਚਲੋ ਉਹਦੇ ਅਤੇ ਅਯਾਂਸ਼ ਭਈਆ ਸੋਣ ਵਾਲਾ ਅਤੇ ਇਹਨੂੰ ਫਿਰ ਸੁਲਾ ਦੇ, ਹੈ ਨਾ। ਠੀਕ ਹੈ, ਚਲੋ ਨੋਨੇ ਨੋਨੇ ਬਾਏ ਕਰੋ। ਬੋਲਦਾ ਇਹ? ਬੋਲਦਾ ਕਿਵੇਂ, ਬੋਲ ਕੇ ਦਿਖਾ। ਨਹੀਂ, ਇਹਦੀ ਬੈਟਰੀ ਡਾਊਨ ਹੋ ਗਈ ਇਹਦੀ। ਨਹੀਂ, ਬੈਟਰੀ ਡਾਊਨ ਹੋ ਗਈ ਇਹਦੀ। ਨੀਚੋ ਨਾ ਇਹਨੇ ਬੰਦ ਕਰਤਾ ਹੋਵੇ, ਹੈ ਨਾ। ਨੀਚੋ ਬੰਦ ਕਰਤਾ ਇਹਨੇ, ਬੈਟਰੀ ਡਾਊਨ ਹੋ ਗਈ ਤੇ ਚਾਰਜ ਲਾਉਣ ਵਾਲਾ। ਚਲੋ ਆਸ਼ੂ, ਆਪਾਂ ਚਲੋ ਆਪਣੇ ਫਰੈਂਡਸ ਨੂੰ ਕਹੋ ਵੀਡੀਓ